लग गया लाल है ठीक है ना, लग गया हो देख लग गया होगा ठीक है ना, लग गया तेरा तो फिर ओवरडो ही कर देना चल दे एक मिनट भाई जी मैनू बड़ा दुख होया आज के मैं एक चिट्टा पिंडे नौजवान दी वीडियो वेखी ते ओ नौजवान दी मौत होई पई है। बड़ी फिटे लांत कहूंगा इस पंजाब दे उत्ते मैं के मैं किस किस मां दा ढेडा जड़ा ओ उलझदा वेखूंगा। मैं गल कहना चाहना, मैं मुख दी गल कहना चाहना कि मैं किन्ना चिर जिहड़ियां मावां रोंदियां वेखां वी जिहड़ियां पुत रोंदियां। ओ गल तुसीं करी जांदे आ पंजाब दी, हर कोई बंदा मेरे वर्गा बोलने वाला जिहड़ा बंदा ओनू दबाया जांदा है। मैं दबण वाले चो नहीं गा, बहुत लोग नाल है कल्ला इहनां सोचा करो वीडियो अंदर बह के बनाउंदा वो तां राज है कोई ना कोई, क्योंकि कहिंदा हुंदा कोई हर कोई लीडर कह दिंदा कि अच्छे दिन आएंगे। अज मैं पंजाब दे अच्छे दिनां दी गल करना चाहूंगा ते लोकां नूं कहना चाहुंदा कि भरा मेरे ओए जिहड़ा मामला कोई आपां गल कीती सी, हर कोई अज फतेहवीर बनिया बैठा, अजकल फतेहवीर आ हर कोई, अजकल पिटी जांदे आ पंजाब नूं कहिंदे पंजाब वे तैनूं खा लिया वे आकां नूं वी खा लिया। मैं धीआं तराणियां दी गल करां ਉਹ ਸੇਫ ਨਹੀਂ, ਅੱਜਕੱਲ ਦੇ ਨੌਜਵਾਨ ਸੇਫ ਨਹੀਂ ਤੇ ਨਸ਼ਾ ਕਰ ਕਰਕੇ ਨੌਜਵਾਨ ਮਰੀ ਜਾਂਦੇ ਆ। ਭਾਈ ਸਾਹਿਬ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ, ਅੱਜ ਇੱਕ ਮੈਂ ਮੁੰਡਾ ਤੋਂ ਆਪ ਜੀ ਨੂੰ ਵੀਡੀਓ ਮੈਂ ਵਿੱਚ ਦਿਖਾ ਦੂੰਗਾ ਤੇ ਮੈਨੂੰ ਸ਼ਰਮਿੰਦਗੀ ਆਉਂਦੀ ਹੈ। ਮੈਂ ਉਹਨਾਂ ਲੋਕਾਂ ਮਾਰਾ ਬੋਲਦਾ ਜਿਨ੍ਹਾਂ ਪਿੱਛੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਹੋਰ ਹੀ ਬੋਲੇ ਤੇ ਇਹਨਾਂ ਨੇ ਕੋਈ ਗੁਣ ਨਹੀਂ ਪਾਇਆ ਉਹਨਾਂ ਦਾ। ਤੇ ਅੱਜ ਦੇ ਲੋਕ ਕਹਿਣਗੇ ਬਾਈ ਅੱਜ ਦੇ ਲੋਕਾਂ ਦਾ ਏਕਾ ਹੈ ਨਹੀਂ, ਕੰਜਰ ਦੇ ਏਕਾ ਤੁਹਾਨੂੰ ਨਹੀਂ ਕਰਨਾ ਹੁੰਦਾ, ਏਕਾ ਜੇ ਤੁਸੀਂ ਕਰੋ ਤੇ ਅੱਜ ਇਹ ਕੰਮ ਨਾ ਹੋਵੇ। ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੁੰਦੀ, ਅੱਜ ਚਿੱਟੇ ਪੀਪੀ ਨੌਜਵਾਨਾਂ ਨੇ ਨਹੀਂ ਮਰਨਾ ਸੀ। ਅੱਜ ਦੀਆਂ ਸਰਕਾਰਾਂ ਕਹਿ ਰਹੀਆਂ ਸੀ ਸੜਕਾਂ ਬਣਾਵਾਂਗੇ, ਅਸੀਂ ਪੁਲ ਬਣਾਵਾਂਗੇ, ਬਸ ਪੁਲ ਬਣਾਓ ਉੱਚੇ ਉੱਚੇ ਜਿਹਦੇ ਤੇ ਅਸੀਂ ਛਾਲ ਮਾਰ ਕੇ ਮਰਾਂਗੇ, ਸੜਕਾਂ ਬਣਾਓ ਵਧੀਆ ਜਿਹਦੇ ਤੋਂ ਸਾਨੂੰ ਕਈਆਂ ਨਾਲ ਪੱਟ ਲੈਣਗੇ ਕਿਉਂਕਿ ਗੱਡੀਆਂ ਤੁਹਾਡੀਆਂ ਲੰਘਣਗੀਆਂ ਸਾਡੀਆਂ ਨਹੀਂ, ਗੱਡੀਆਂ ਥੱਲੇ ਤੁਹਾਡੀਆਂ ਆ ਕੇ ਮਰਾਂਗੇ ਅਸੀਂ। ਇਹ ਮੇਰਾ ਵਾਅਦਾ ਅੱਜ ਪੰਜਾਬ ਨਾਲ ਮੈਂ ਵਾਅਦਾ ਕਰਦਾ। ਕਿਸੇ ਟਾਈਮ ਦੇ ਵਿੱਚ ਪੰਜਾਬ ਸੋਨੇ ਦੀ ਚਿੜੀ ਸੀ, ਅੱਜ ਨਰਕ ਹੈ, ਕਿਸੇ ਟਾਈਮ ਦੇ ਵਿੱਚ ਫਿਰ ਸੋਨੇ ਦੀ ਚਿੜੀ ਬਣੂਗਾ। ਮੈਂ ਧੰਨਵਾਦ ਕਰਦਾ ਬਾਬਾ ਦੀਪ ਸਿੰਘ ਜੀ ਦਾ, ਧੰਨਵਾਦ ਕਰਦਾ ਲੱਖਾ ਪੰਨੂ ਦਾ ਤੇ ਇੱਕ ਸੁਖਦੇਵ ਬਰਾੜ ਆ ਜਿਹੜਾ ਬੋਲਦਾ ਵੀਰ, ਪਰ ਕਿਸੇ ਦੀ ਵੀਡੀਓ ਅੱਗੇ ਆਉਂਦੀ ਹੈ ਕਿਸੇ ਦੀ ਨਹੀਂ ਆਉਂਦੀ। ਪਰ ਅੱਜ ਜੋ ਮੈਂ ਗੱਲ ਕਰੂੰਗਾ ਪੰਜਾਬ ਦੀ, ਪੰਜਾਬ ਸੱਤਿਆ ਨਾਚ ਮਾਰਿਆ ਪਿਆ ਮੇਰੇ ਵੀਰੋ, ਪੰਜਾਬ ਬਚਾ ਲਓ। ਮੈਂ ਤਾਂ ਹਰ ਵਾਰੀ ਕਹਿੰਦਾ ਅੱਜ ਇੱਕ ਨੌਜਵਾਨ ਦੀ ਮੌਤ ਹੋ ਗਈ ਚਿੱਟੇ ਪੀ ਪੀ ਕਰੀ ਜਾਂਦੇ, ਹਰ ਇੱਕ ਨੌਜਵਾਨ ਦਾ ਹਰ ਕੰਮ ਅੱਜ ਜਿਹੜਾ ਚਿੱਟਾ ਪੀਂਦਾ ਉਹ ਹਰ ਕੋਈ ਨਾ ਕੋਈ ਟਪਕ ਜਾਂਦਾ। ਜੇ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਵੇ ਤਾਂ ਕਾਹਨੂੰ ਨੌਜਵਾਨ ਨਿੱਤ ਨਿੱਤ ਤੇ ਨਿੱਤ ਕੋਈ ਚੜੇ ਸੂਲੀ। ਅੱਜ ਦੇ ਲੋਕ ਸੁੱਤੇ ਪਏ ਆ, ਲੋਕਾਂ ਨੂੰ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਯਾਰ, ਤੁਹਾਡੇ ਦੇ ਮੱਝ ਮੂਹਰੇ ਬੀਨ ਵਜਾਉਣ ਵਾਲੀ ਗੱਲ ਹੈ, ਬੋਲੇ ਤੁਹਾਡੇ ਮਾਰਾ ਕੌਣ ਬਈ? ਤੁਸੀਂ ਆਪ ਨਹੀਂ ਬੋਲਦੇ ਫਿਰ ਤੁਸੀਂ ਕਹਿੰਦੇ ਸਾਡੀ ਫਲਾਨਾ ਗੱਲ ਨਹੀਂ ਸੁਣਦਾ, ਗੱਲ ਤੁਹਾਡੀ ਸਵਾਹ ਸੁਣੀ, ਅਗਲਾ ਤੁਹਾਨੂੰ ਬੋਲਣ ਦਾ ਵੱਲ ਨਹੀਂ, ਤੁਹਾਨੂੰ ਹੱਕ ਲੈਣੇ ਆਉਂਦੇ ਨਹੀਂ। ਪੰਜਾਬ ਬੋਲੂ ਜਦੋਂ ਪੰਜਾਬ ਦੇ ਲੋਕ ਜਵਾਨ ਲੋਕ ਬੋਲਣਗੇ ਕਿਵੇਂ ਬੋਲਣ, ਜੇ ਤਾਂ ਉਹਨਾਂ ਨੇ ਹੱਕ ਲੈਣਾ ਕਹਿਣਗੇ ਬਾਈ ਜੀ ਮਿਹਨਤ ਦੀ ਗੱਲ ਹੈ, ਮੈਂ ਜਾਣਾ ਸੀ ਕਿਤੇ ਮੈਨੂੰ ਕਰੋ, ਜਦੋਂ ਭੀਖ ਲੈਣੀ ਆ ਦੇ ਯਾਰ ਦੇ ਯਾਰ। ਅੱਜ ਕੱਲ੍ਹ ਜਦੋਂ ਭੀਖ ਮੰਗਦੇ ਐਂ ਲੱਗਦਾ ਜਿਵੇਂ ਆਪਦਾ ਹੱਕ ਮੰਗਦੇ, ਜਦੋਂ ਹੱਕ ਮੰਗਦੇ ਉਦੋਂ ਐਂ ਲੱਗਦਾ ਜਿਵੇਂ ਭੀਖ ਮੰਗਦੇ ਹੈ। ਅੱਜ ਦੇ ਪੰਜਾਬ ਦੇ ਲੋਕਾਂ ਦੀ ਗੱਲ ਹੈ ਤੇ ਮੈਂ ਲੀਡਰਾਂ ਨੂੰ ਕਹਿਣਾ ਚਾਹੁੰਦਾ, ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ, ਕੈਪਟਨ ਸਾਹਿਬ ਬੜੇ ਨੌਜਵਾਨ ਮਰ ਗਏ ਆ, ਜੇ ਕੱਲ ਨੂੰ ਆਪਣੀ ਸਰਕਾਰ ਵੇਖਣਾ ਚਾਹੁੰਦੇ ਹੋ ਤੁਸੀਂ ਜਾਂ ਕੋਈ ਵੀ ਆਪਦੀ ਸਰਕਾਰ ਵੇਖਣਾ ਚਾਹੁੰਦਾ ਉਹ ਖਾਸ ਖਾਸ ਦੀ ਖੇਤੀ ਦਾ ਨਾਂ ਰੱਖੇ ਵੀ ਖਾਸ ਖਾਸ ਖੇਤੀ ਪੰਜਾਬ ਦੇ ਵਿੱਚ ਆਊਗੀ, ਨਾਂ ਰੱਖੇ ਹੁਣ ਉਸ ਖੇਤੀ ਦਾ ਪੰਜਾਬ ਦੇ ਵਿੱਚ। ਤੇ ਤੁਸੀਂ ਕਹਿੰਦੇ ਚਿੱਟਾ ਬੰਦ ਕੀਤਾ ਪਿਆ ਪੋਸਟ, ਪੋਸਟ ਪੰਜਾਬ ਦੇ ਵਿੱਚ ਸ਼ਰੇਆਮ ਚੱਲਦਾ, ਫੀਮ ਸ਼ਰੇਆਮ ਚੱਲਦੀ ਹੈ, ਹਰ ਕਿਸੇ ਦੀ ਤੁਸੀਂ ਵੇਖੋ ਅਗਲਾ ਐਂ ਕੱਢ ਕੇ ਵਿਖਾਉਂਦਾ ਲੈ ਆ ਰਹੀ ਫੀਮ, 1800 ਨੂੰ ਤੋਲਾ, 1800 ਨੂੰ ਤੋਲਾ,
जो पंजाब क्यों नहीं फिर बस एको गल है बई मैं मुकदी गल तो यह कहना चाहना वीडियो मेरा फोन खराब है विच अड़ जाती है ता करके मैं बई जी कोई मैं माड़ा बोले कोई चंगा बोले पर मैं वीर मेरा मैं तो नौजवान की जो मैं मौत वेखी मेरा बड़ा दिल दुखी होया पंजाब की गल करिए ने पंजाब तुसी तो यार मैं कहना ए घर छद जिमें एक सुकी नहर होंगी है जिदे साल भर पानी नहीं आया हों इटा पड़ पड़ थले डिगी जाए हूं अज पंजाब हाल हो पे बाकी धन्यवाद करदा मैं लीडर का कि लीडर ने पंजाब खा लिया धन्यवाद आप जी का लीडर धन्यवाद पंजाब खा लिया ते पंजाब ने एक गल कही है किसी टाइम दे विच पंजाब ने सवाल किया कहिंदा हे मेरे पंजाब दे लोको कहिंदा तुसी मैनू खा लिया कहिंदा बचना तुसी भी नहीं चाहे वह लीडर होवे चाहे वह आम इंसान होवे मैं लीडरां दी गल नहीं करना चाहुंदा आम बंदे तो लैके राष्ट्रपति तक हेरा फेरियां करदे आ लोक जे लीडर ने कहता आ काम हो गया वो तो जी माड़ा हो गया तो लोग नहीं माड़ा करी जाते लोग लोगों मैं वेना जो करते चिट्टे लोग बेची जाते आके लीडर बेचते मैं यार ना कुछ कहना नहीं चाहता पंजाब दे तुसी जवानी गालती ते मैं उन्हां लोगों को सुनाई है गल पंजाब जिहड़ा बोलता भी थोड़े धीआं पुत्तां दे अगे आउणगा जिहड़े चिट्टे वेची जाते ना मेरे वीरो आपदे पुत्त वेख लिया जे फिल्मां च वेहने आपां मैं वाहिगुरु अगे अरदास करदा कि जिहड़ा बंदा चिट्टा वेचदा हे सच्चा पातशाह उहदे पुत्त भी चिट्टे दे विच लग के मरन गड्डियां थले आ मरना क्योंकि जिहड़े लीडर आ वड्डे वड्डे पुल बनाई जांदे छाला मरवाउण वास्ते ते सोहनिया सोहनिया सड़कां बनाई जांदे आ थले आउण वास्ते बस जे तुसी पंजाब दा माड़ा करोगे थोड़ा भी माड़ा होगा मैं कोई लीडर ही नहीं करनी जिहड़ा मैं तां हिक तान के बोलदा ते जे मैं लीडर ही करनी हो तो मैं ऐ बोलां मेरे पंजाब दे लोको थोनू अपील कर दा कि तुसी पंजाब खा लिया मैं इलैक्शन नहीं लड़ने मैं पंजाब पिछे लड़ना क्योंकि पंजाब तुसी खादा पिया फिट्टे लान तो उन्हां लोकां दे जिहड़े पंजाब नू आपदा प्यो नहीं समझदे पंजाब नू पंजाब दे अपने आप दुश्मन बना रहे आ पंजाब दे लोक फिट्टे लान तो उन्हां दे जिहड़ा नशा वेच वेच के रोटियां खाई जांदे आ इहदे नाल तुसी ना मैं कहना भी थोनू मैं शब्द कहन जोगरे नहीं कहता क्योंकि यार पंजाब का बेड़ा गर्क किया आम लोगों ने लीडर ने सारे रले हुए ये तो लैके यार तक बाकी मैं कहना नहीं चाहता क्योंकि ये मुर्दे लोग आ मुर्दे सामने कुछ बोलन की मेरे च हिम्मत है नहीं गी 10% लोग आ जिहड़े बोल रहे हैं जिन्हां की जमीर जागती है बाकी 90% मुर्दे लोग आ जिहड़े मैं मुर्दे बारे कुछ नहीं कहना चाहता वाहेगुरू जी का खालसा श्री वाहेगुरू जी की फतेह जय मुर्दियां दी जय मुर्दियां दी।